ਹਾਈਵੇ ਤੇ ਜਿਹੜਾ ਇਹ ਨਾਕਾ ਲਗਾਇਆ ਹੈ ਤੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਏਐਸਆਈ ਸੁਖਵਿੰਦਰਜੀਤ ਸਿੰਘ ਜੀ। ਇਹ ਫਿਰੋਜ਼ਪੁਰ ਰੋਡ ਤੇ ਐਮਬੀਡੀ ਮਾਲ ਦੇ ਸਾਹਮਣੇ ਪੁਲ ਦੇ ਉੱਪਰ ਨਾਕਾ ਲਗਾਇਆ ਹੋਇਆ, ਓਵਰ ਸਪੀਡ ਦਾ ਨਾਕਾ ਲਗਾਇਆ ਹੋਇਆ ਜੀ। ਸਰ ਕਿੰਨੀ ਸਪੀਡ ਅਲਾਊਡ ਹੈ ਤੇ ਲੋਕੀ ਕਿੰਨੀ ਕਿੰਨੀ ਸਪੀਡ ਤੇ ਆ ਰਹੇ? ਇੱਥੇ 60 ਕਿਲੋਮੀਟਰ ਦੀ ਸਪੀਡ ਅਲਾਊਡ ਆ, ਜਿਹੜੀ ਸਪੀਡ ਲਿਮਟ ਆ 60 ਕਿਲੋਮੀਟਰ ਦੀ ਆ, ਠੀਕ ਆ ਜੀ। ਉਸ ਤੋਂ ਬਾਅਦ ਵਿੱਚ 10-65 ਅਸੀਂ ਛੱਡਦੇ ਹਾਂ, ਮਾਫੀ ਦਿੰਦੇ ਹਾਂ, 70 ਤੱਕ ਮਾਫੀ ਦਿੰਦੇ ਹਾਂ, 70 ਤੋਂ ਬਾਅਦ ਅਸੀਂ ਓਵਰ ਸਪੀਡ ਦਾ ਚਲਾਨ ਕਰਦੇ ਹਾਂ। ਤੇ ਸਰ ਕਿੰਨੀ ਕੁ ਹੱਦ ਤੱਕ ਸਪੀਡ ਆ, ਲੋਕੀ ਕਹਿੰਦੇ ਬਹੁਤ ਕਾਫੀ ਸਪੀਡ ਤੇ ਗੱਡੀਆਂ ਚਲਾ ਰਹੇ ਹਾਂ? ਹਾਂਜੀ, ਕਾਫੀ ਜਿਹੜੇ ਹੁੰਦੇ ਬਾਹਰਲੇ ਜਿਹੜੇ ਲੋਕਲ ਆ ਉਹਨਾਂ ਨੂੰ ਤਕਰੀਬਨ ਪਤਾ, ਬਾਹਰਲੇ ਲੋਕ ਆ ਜਿਹੜੇ ਆਉਂਦੇ ਆ ਉਹ 110 ਤੇ 90 ਤੇ 80 ਤੇ ਕਈ ਵਾਰੀ 120 ਤੇ ਵੀ ਆ ਜਾਂਦਾ ਇਸ ਤਰ੍ਹਾਂ ਨਾਲ। ਤੇ ਸਰ ਚਲਾਨ ਕਿਹੜਾ ਕੀਤਾ ਜਾ ਰਿਹਾ? ਚਲਾਨ ਸਰ ਓਵਰ ਸਪੀਡ ਦਾ ਕੋਡ ਦਾ ਚਲਾਨ ਕੀਤਾ ਜਾ ਰਿਹਾ ਆਰਟੀਏ ਦਾ ਜੀ। ਤੇ ਸਰ ਇਹਦੇ ਵਿੱਚ ਚਲਾਨ ਤੇ ਡੇਂਜਰ ਡਰਾਈਵ ਵੀ ਲਾਉਂਦੇ ਹੋ ਨਾਲ ਕਿ? ਡੇਂਜਰ ਡਰਾਈਵ ਜਿਹਦੀ ਜ਼ਿਆਦਾ ਸਪੀਡ ਹੁੰਦੀ ਉਸ ਲਈ ਲਗਾਈ ਜਾਂਦੀ ਹੈ ਜੀ। ਤੇ ਇਹ ਆਪਣਾ ਜਿਹੜਾ ਕੀ ਹੈ ਚਲਾਨ, ਕਿੰਨੇ ਕੋਈ ਇੱਕ ਚਲਾਨ ਕੀਤਾ ਜਾਂਦਾ, ਕਿੰਨੇ ਕੋ ਦਾ ਹੁੰਦਾ ਹੈ ਚਲਾਨ? ਇੱਕ ਇਹ ਪਹਿਲਾ ਚਲਾਨ, ਫਸਟ ਚਲਾਨ 1000 ਰੁਪਏ ਦਾ ਜੀ। ਉਸ ਤੋਂ ਬਾਅਦ ਵਿੱਚ ਅਗਰ ਦੂਸਰੀ ਵਾਰੀ ਗਲਤੀ ਕਰਦਾ ਦੂਸਰਾ ਚਲਾਨ ਹੁੰਦਾ ਤਾਂ ਉਹਨੂੰ 2000 ਰੁਪਏ ਫਾਈਨ ਹੁੰਦਾ ਹੈ। ਇਹਦੇ ਚ ਕੋਈ ਲਾਇਸੈਂਸ ਵੀ ਕੈਨਸਲ ਕੀਤਾ ਜਾਂਦਾ? ਲਾਇਸੈਂਸ 3 ਮਹੀਨੇ ਲਈ ਕੈਨਸਲ ਕੀਤਾ ਜਾਂਦਾ, ਸਸਪੈਂਡ ਕਰਦੇ ਨੇ 3 ਮਹੀਨੇ ਲਈ। ਚਲਾਨ 3 ਮਹੀਨੇ ਬਾਅਦ ਭੁਗਤਿਆ ਜਾਂਦਾ। ਡੀਟੀਓ ਸਾਹਿਬ 3 ਮਹੀਨੇ ਲਈ ਲਾਇਸੈਂਸ ਰੱਖਦੇ, ਆਰਟੀਓ ਸਾਹਿਬ ਸੋਰੀ। ਠੀਕ ਹੈ ਸਰ, ਇੱਕ ਦਿਨ ਚ ਕਿੰਨੇ ਕੇ ਚਲਾਨ ਹੋ ਜਾਂਦੇ ਹੋਣੇ, ਕੋਈ ਆਈਡੀਆ? ਇੱਕ ਦਿਨ ਦੇ ਵਿੱਚ ਅਸੀਂ 20-25 ਦੇ ਕਰੀਬ ਚਲਾਨ ਕਰਦੇ ਹਾਂ ਜੀ ਇੱਥੇ। ਠੀਕ ਹੈ ਜੀ। ਸਰ ਹਾਈਵੇ ਤੇ ਜਿਹੜਾ ਇਹ ਨਾਕਾ ਲਗਾਇਆ ਤੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਏਐਸਆਈ ਸੁਖਵਿੰਦਰਜੀਤ ਸਿੰਘ ਜੀ। ਇਹ ਫਿਰੋਜ਼ਪੁਰ ਰੋਡ ਤੇ ਐਮਬੀਡੀ ਮਾਲ ਦੇ ਸਾਹਮਣੇ ਪੁਲ ਦੇ ਉੱਪਰ ਨਾਕਾ ਲਗਾਇਆ ਹੋਇਆ, ਓਵਰ ਸਪੀਡ ਦਾ ਨਾਕਾ ਲਗਾਇਆ ਹੋਇਆ ਜੀ। ਸਰ ਕਿੰਨੀ ਸਪੀਡ ਅਲਾਊਡ ਹੈ ਤੇ ਲੋਕੀ ਕਿੰਨੀ ਕਿੰਨੀ ਸਪੀਡ ਤੇ ਆ ਰਹੇ? ਇੱਥੇ 60 ਕਿਲੋਮੀਟਰ ਦੀ ਸਪੀਡ ਅਲਾਊਡ ਆ, ਜਿਹੜੀ ਸਪੀਡ ਲਿਮਟ ਆ 60 ਕਿਲੋਮੀਟਰ ਦੀ ਆ, ਠੀਕ ਆ ਜੀ। ਉਸ ਤੋਂ ਬਾਅਦ ਵਿੱਚ 10-65 ਅਸੀਂ ਛੱਡਦੇ ਹਾਂ, ਮਾਫੀ ਦਿੰਦੇ ਹਾਂ, 70 ਤੱਕ ਮਾਫੀ ਦਿੰਦੇ ਹਾਂ, 70 ਤੋਂ ਬਾਅਦ ਅਸੀਂ ਓਵਰ ਸਪੀਡ ਦਾ ਚਲਾਨ ਕਰਦੇ ਹਾਂ ਜੀ। ਤੇ ਸਰ ਕਿੰਨੀ ਕੁ ਹੱਦ ਤੱਕ ਸਪੀਡ ਆ, ਲੋਕੀ ਕਹਿੰਦੇ ਬਹੁਤ ਕਾਫੀ ਸਪੀਡ ਤੇ ਗੱਡੀਆਂ ਚਲਾ ਰਹੇ? ਹਾਂਜੀ, ਕਾਫੀ ਜਿਹੜੇ ਹੁੰਦੇ ਬਾਹਰਲੇ ਜਿਹੜੇ ਲੋਕਲ ਆ ਉਹਨਾਂ ਨੂੰ ਤਕਰੀਬਨ ਪਤਾ, ਬਾਹਰਲੇ ਲੋਕ ਆ ਜਿਹੜੇ ਆਉਂਦੇ ਆ ਉਹ 110 ਤੇ 90 ਤੇ 80 ਤੇ ਕਈ ਵਾਰੀ 120 ਤੇ ਵੀ ਆ ਜਾਂਦਾ ਇਸ ਤਰ੍ਹਾਂ ਨਾਲ। ਤੇ ਸਰ ਚਲਾਨ ਕਿਹੜਾ ਕੀਤਾ ਜਾ ਰਿਹਾ? ਚਲਾਨ ਸਰ ਓਵਰ ਸਪੀਡ ਦਾ ਕੋਡ ਦਾ ਚਲਾਨ ਕੀਤਾ ਜਾ ਰਿਹਾ ਆਰਟੀਏ ਦਾ ਜੀ। ਤੇ ਸਰ ਇਹਦੇ ਵਿੱਚ ਚਲਾਨ ਤੇ ਡੇਂਜਰ ਡਰਾਈਵ ਵੀ ਲਾਉਂਦੇ ਹੋ ਨਾਲ ਕਿ? ਡੇਂਜਰ ਡਰਾਈਵ ਜਿਹਦੀ ਜ਼ਿਆਦਾ ਸਪੀਡ ਹੁੰਦੀ ਉਸ ਲਈ ਲਗਾਈ ਜਾਂਦੀ ਹੈ ਜੀ। ਤੇ ਇਹ ਆਪਣਾ ਜਿਹੜਾ ਕੀ ਹੈ ਚਲਾਨ, ਕਿੰਨੇ ਕੋਈ ਇੱਕ ਚਲਾਨ ਕੀਤਾ ਜਾਂਦਾ, ਕਿੰਨੇ ਕੁ ਦਾ ਹੁੰਦਾ ਹੈ ਚਲਾਨ? ਇੱਕ ਇਹ ਪਹਿਲਾ ਚਲਾਨ, ਫਸਟ ਚਲਾਨ 1000 ਰੁਪਏ ਦਾ ਜੀ। ਉਸ ਤੋਂ ਬਾਅਦ ਵਿੱਚ ਅਗਰ ਦੂਸਰੀ ਵਾਰੀ ਗਲਤੀ ਕਰਦਾ ਦੂਸਰਾ ਚਲਾਨ ਹੁੰਦਾ ਤਾਂ ਉਹਨੂੰ 2000 ਰੁਪਏ ਫਾਈਨ ਹੁੰਦਾ ਹੈ। ਇਹਦੇ ਚ ਕੋਈ ਲਾਇਸੈਂਸ ਵੀ ਕੈਨਸਲ ਕੀਤਾ ਜਾਂਦਾ? ਲਾਇਸੈਂਸ 3 ਮਹੀਨੇ ਲਈ ਕੈਨਸਲ ਕੀਤਾ ਜਾਂਦਾ, ਸਸਪੈਂਡ ਕਰਦੇ ਨੇ 3 ਮਹੀਨੇ ਲਈ। ਚਲਾਨ 3 ਮਹੀਨੇ ਬਾਅਦ ਭੁਗਤਿਆ ਜਾਂਦਾ। ਡੀਟੀਓ ਸਾਹਿਬ 3 ਮਹੀਨੇ ਲਈ ਲਾਇਸੈਂਸ ਰੱਖਦੇ, ਆਰਟੀਓ ਸਾਹਿਬ ਸੋਰੀ। ਠੀਕ ਹੈ ਸਰ, ਇੱਕ ਦਿਨ ਚ ਕਿੰਨੇ ਕੇ ਚਲਾਨ ਹੋ ਜਾਂਦੇ ਹੋਣੇ, ਕੋਈ ਆਈਡੀਆ? ਇੱਕ ਦਿਨ ਦੇ ਵਿੱਚ ਅਸੀਂ 20-25 ਦੇ ਕਰੀਬ ਚਲਾਨ ਕਰਦੇ ਹਾਂ ਜੀ ਇੱਥੇ। ਠੀਕ ਹੈ ਜੀ।